ਫੈਸਲਾਬਾਦ ਦੇ ਵਿੱਚ ਬਹੁਤ ਅੱਗੇ ਕਬੱਡੀ ਹੈ, ਬਹੁਤ ਤਕੜੀ ਕਬੱਡੀ ਹੈ, ਲੇਕਿਨ ਪੱਖਰ ਲਈ ਇਹਦੇ ਵਿੱਚ ਤੁਹਾਡੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ, ਅਤੇ ਤੁਸੀਂ ਇਹ ਦੱਸੋ ਵੀ ਇਹ ਫਾਸਲਾ ਕਿਉਂ ਖਤਮ ਨਹੀਂ ਹੋ ਰਿਹਾ, ਪੱਖਰ ਲਈ ਇਹਦੇ ਖਿਲਾੜੀ ਤੁਹਾਡੇ ਤੱਕ ਕਿਉਂ ਨਹੀਂ ਜਾ ਰਹੇ, ਅੱਗੇ ਕਿਉਂ ਨਹੀਂ ਜਾ ਰਿਹਾ? ਭਾਅ ਜੀ ਦੱਸਾਂ ਕੀ ਆ, ਕਬੱਡੀ ਦਾ ਸਾਡਾ ਜਿਹੜਾ ਫੈਸਲਾਬਾਦ ਹੈ ਨਾ, ਜਿੰਨੇ ਮਤਲਬ ਖੇਡਣ ਵਾਲੇ ਆ ਨਾ, ਉਨੇ ਉਹਨਾਂ ਨੂੰ ਚਾਹੁਣ ਵਾਲੇ ਆ, ਉਸ ਤੋਂ ਜ਼ਿਆਦਾ ਚਾਹੁਣ ਵਾਲੇ ਆ। ਇੱਕ ਪਲੇਅਰ ਦੇ ਮਗਰ 10-10 ਬੰਦੇ ਨੇ, ਕੋਚ ਨੇ, ਪਲੇਅਰ ਨੇ। ਇੱਥੇ ਤੁਹਾਡੇ ਇਲਾਕੇ 'ਚ ਕਬੱਡੀ ਮਾਸ਼ਾਅੱਲਾ ਮੁੰਡੇ ਬਹੁਤ ਅੱਛੇ ਅੱਛੇ ਖੇਡਣ ਵਾਲੇ। ਭਾਈ ਸਾਦੁੱਲਾ, ਅਸੀਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕਬੱਡੀ 'ਚ ਕਿੰਨਾ ਅਰਸਾ ਤੁਸੀਂ ਕਬੱਡੀ ਖੇਡੀ, ਔਰ ਕਿਵੇਂ ਤੁਸੀਂ ਜਿਹੜਾ ਨਾ ਕਬੱਡੀ ਨੂੰ ਮੁਸ਼ਕਿਲ ਵਕਤ ਦਾ ਤੁਸੀਂ ਸਾਹਮਣਾ ਕੀਤਾ ਔਰ ਇਸ ਲੈਵਲ ਤੱਕ ਕਿਵੇਂ ਪਹੁੰਚੇ ਹੋ? ਅਸਲਾਮ ਅਲੈਕੁਮ ਜੀ, ਮੈਂ ਭਾਅ ਜੀ ਕਬੱਡੀ ਖੇਡਦੇ ਨੂੰ ਮੈਨੂੰ ਤਕਰੀਬਨ 17-18 ਸਾਲ ਹੋ ਗਏ ਆ। ਉਹ 5-6 ਸਾਲ ਮੈਂ ਮਤਲਬ ਟ੍ਰੇਨਿੰਗ ਵੀ ਕੀਤੀ, ਔਰ ਹੁਣ ਜਿਹੜੇ ਮੁੰਡੇ ਆ ਉੱਥੇ ਆ, ਉਹ ਮਤਲਬ ਉੱਠਦੇ ਆ ਹੀ ਪੁੱਛਦੇ ਪਹਿਲੋਂ ਕੱਛਾ ਪਾਉਂਦੇ ਆ, ਤੁਸੀਂ ਕੀ ਖਾਂਦੇ, ਤੁਸੀਂ ਕੀ ਲਾਉਂਦੇ। ਇਹੋ ਜੀ ਕੋਈ ਸ਼ੈ ਨਹੀਂ ਖਾਂਦਾ, ਕੋਈ ਵੀ ਨਹੀਂ ਖਾਂਦਾ ਹੈ, ਲੇਕਿਨ ਜੇ ਕੋਈ ਖਾਂਦਾ ਵੀ ਆ, ਥੋੜ੍ਹੀ ਬਹੁਤ ਪ੍ਰੋਟੀਨ ਉਰਲਮ ਪਰਲਮ ਚੱਲਦਾ ਆ। ਲੇਕਿਨ ਇਹ ਵੇਖੋ ਜੀ, ਪਲੇਅਰ ਬਣਨ ਤੋਂ ਮਤਲਬ ਕੁਛ ਆਪਣੀ ਮਿਆਰ 'ਤੇ ਚੱਲ ਜਾਂਦਾ ਨਾ, ਉਹ ਖਾਂਦਾ। ਹੁਣ ਕਬੱਡੀ ਕੋਈ ਗੁੱਲੀ ਡੰਡਾ ਥੋੜ੍ਹਾ ਵਾ ਕਿ ਜਿਹੜਾ ਬੰਦਾ 2-4 ਦਿਨ ਖੇਡਦਾ ਵਾ ਅਤੇ ਉਹ ਕਹਿੰਦਾ ਕਿ ਮੈਂ ਇੱਧਰ ਮਤਲਬ ਅੱਜ ਕੱਛਾ ਪਾਇਆ, ਕੱਲ੍ਹ ਨੂੰ ਮੈਂ ਪਲੇਅਰ ਹੋਵਾਂ। ਉਹ 5-4 ਸਾਲ ਲੱਗਦੇ ਆ, ਮਿਹਨਤ ਕਰੇ, ਮਿਹਨਤ ਕਰਕੇ ਆਪਣਾ ਟਾਈਮ ਲੱਗਦਾ। ਮੈਚ ਮਾੜੇ ਚੰਗੇ ਲੱਗਦੇ ਰਹਿੰਦੇ ਆ, ਮਤਲਬ ਮੈਚ ਖੇਡੇ, ਇਹੀ ਸ਼ੈਵਾਂ ਅੱਗੇ ਲੈ ਕੇ ਜਾਂਦੀਆਂ ਨੇ। ਹੁਣ ਮੁੰਡੇ ਸਾਲ 6 ਮਹੀਨੇ ਕਬੱਡੀ ਖੇਡਦੇ ਆ ਅਤੇ ਕਹਿੰਦੇ ਆ ਵੀ ਮਤਲਬ ਅਸੀਂ ਸਟਾਰ ਨਹੀਂ ਬਣੇ, ਕੱਛਾ ਆਪਣਾ ਪਰੇ ਰੱਖ ਦਿੰਦੇ ਆ, ਸਾਡੇ ਕੋਲ ਨਹੀਂ ਖੇਡੀ ਜਾਣੀ। ਇਹ ਕੋਈ ਖੇਡ ਇੰਨੀ ਮਤਲਬ ਟਾਈਮ ਦੀ ਨਹੀਂ ਹੈ, ਬਹੁਤ ਟਾਈਮ ਆ। ਫੈਸਲਾਬਾਦ ਦੇ ਵਿੱਚ ਬਹੁਤ ਅੱਗੇ ਕਬੱਡੀ ਹੈ, ਬਹੁਤ ਤਕੜੀ ਕਬੱਡੀ ਹੈ, ਲੇਕਿਨ ਪੱਖਰ ਲਈ ਇਹਦੇ ਵਿੱਚ ਤੁਹਾਡੀ ਫੈਨ ਫਾਲੋਇੰਗ ਵੀ ਬਹੁਤ ਜ਼ਿਆਦਾ ਹੈ, ਅਤੇ ਤੁਸੀਂ ਇਹ ਦੱਸੋ ਵੀ ਇਹ ਫਾਸਲਾ ਕਿਉਂ ਖਤਮ ਨਹੀਂ ਹੋ ਰਿਹਾ, ਪੱਖਰ ਲਈ ਇਹਦੇ ਖਿਲਾੜੀ ਤੁਹਾਡੇ ਤੱਕ ਕਿਉਂ ਨਹੀਂ ਜਾ ਰਹੇ, ਅੱਗੇ ਕਿਉਂ ਨਹੀਂ ਜਾ ਰਹੇ? ਭਾਅ ਜੀ ਦੱਸਾਂ ਕੀ ਆ, ਕਬੱਡੀ ਦਾ ਸਾਡਾ ਜਿਹੜਾ ਫੈਸਲਾਬਾਦ ਹੈ ਨਾ, ਜਿੰਨੇ ਮਤਲਬ ਖੇਡਣ ਵਾਲੇ ਆ ਨਾ, ਉਨੇ ਉਹਨਾਂ ਨੂੰ ਚਾਹੁਣ ਵਾਲੇ ਆ, ਉਸ ਤੋਂ ਜ਼ਿਆਦਾ ਚਾਹੁਣ ਵਾਲੇ ਆ। ਇੱਕ ਪਲੇਅਰ ਦੇ ਮਗਰ 10-10 ਬੰਦੇ ਨੇ, ਕੋਚ ਨੇ, ਪਲੇਅਰ ਨੇ। ਇੱਥੇ ਤੁਹਾਡੇ ਇਲਾਕੇ 'ਚ ਕਬੱਡੀ ਮਾਸ਼ਾਅੱਲਾ ਮੁੰਡੇ ਬਹੁਤ ਅੱਛੇ ਅੱਛੇ ਖੇਡਣ ਵਾਲੇ ਨੇ, ਮਤਲਬ ਜਿੱਦਾਂ ਉਹ ਮੁੰਡਾ ਕਮਾਂਡੋ ਆ, ਇੱਕ 2 ਹੋਰ ਮੁੰਡੇ ਆ, ਇਫਜ਼ਲ ਦਾ ਭਾਈ ਆ ਗਫਾਰ ਖਾਨ, ਮਤਲਬ ਮੁੰਡੇ ਆਉਣ ਵਾਲੇ ਟਾਈਮ 'ਚ ਪਲੇਅਰ ਬਣਨ ਵਾਲੇ ਨੇ। ਲੇਕਿਨ ਇੱਥੇ ਭਾਅ ਜੀ ਉਹ ਪ੍ਰਮੋਟਰ ਥੋੜ੍ਹਾ ਜਿਹਾ ਨਹੀਂ, ਉਹ ਸਪੋਰਟ ਨਹੀਂ ਹੈ ਵੀ ਮੇਰੇ ਤਿੰਨ ਦੇਖਣ ਦੇ ਵਿੱਚ ਇਹ ਆਇਆ ਅੱਜ ਮਾਸ਼ਾਅੱਲਾ ਆਪਾਂ ਮੈਚ 'ਚ ਆਏ ਹਾਂ, ਤਕੜਾ ਮੈਚ ਸੀਗਾ, ਲੇਕਿਨ ਮਤਲਬ ਕੋਈ ਐਡਾ ਉਹਨਾਂ ਨੂੰ ਚਾਹੁਣ ਵਾਲਾ ਨਹੀਂ ਸੀਗਾ। ਕਬੱਡੀ ਹੁੰਦੀ ਆ ਪ੍ਰਮੋਟਰਾਂ ਦੇ ਸਿਰ 'ਤੇ, ਨਹੀਂ ਤਾਂ ਫਿਰ ਪਿੰਡਾਂ ਥਾਵਾਂ ਦਾ ਸ਼ੌਕ ਰਹਿ ਜਾਂਦਾ, 2-4 ਸਾਲ ਖੇਡਦੇ ਆ ਮੁੜ ਕੇ ਉੱਥੇ ਹੋ ਜਾਂਦੀ। ਜਿਹੜੇ ਲਈਏ ਪੱਖਰ ਦੇ ਪਲੇਅਰ ਨੇ, ਇਹਨਾਂ ਵਾਸਤੇ ਤੁਹਾਡਾ ਕੀ ਮੈਸੇਜ ਹੈ? ਅਸੀਂ ਤਾਂ ਭਾਅ ਜੀ ਮੈਸੇਜ ਦਿੰਦੇ ਹਾਂ, ਮਾਸ਼ਾਅੱਲਾ ਇਹਨਾਂ ਨੂੰ ਚਾਹੀਦਾ ਮਿਹਨਤ ਹੀ ਕਰਨੀ, ਮਿਹਨਤ ਕਰਨ ਆਪਣਾ ਦਿਲ ਲਾ ਕੇ। ਹੁਣ ਮਤਲਬ ਜਿੰਨੀ ਕੁ ਮਿਹਨਤ ਕੋਈ ਵੀ ਮੈਂ ਨਾ ਅਲਹਮਦੁਲਿਲਾ ਜਿੰਨੀ ਪਲੇਅਰ ਬਣਨ ਵਾਸਤੇ ਮਿਹਨਤ ਕਰਨੀ ਪੈਂਦੀ ਨਾ, ਉਹ ਪਲੇਅਰ ਨੂੰ ਪੁੱਛਿਆ ਜਾਵੇ ਤਾਂ ਪਤਾ ਲੱਗਦਾ। ਅਸੀਂ ਹੁਣ ਆਪਣਾ ਮਤਲਬ ਕਬੱਡੀ ਖੇਡੀ ਆ ਜਾਂ ਮਤਲਬ ਕਬੱਡੀ 'ਚ ਐਂਟਰ ਹੋਏ ਹਾਂ, ਅਸੀਂ ਭਾਅ ਜੀ ਬਹੁਤ ਮਿਹਨਤ ਕੀਤੀ ਆ, ਮਤਲਬ ਕਦੀ ਵੀ ਨਹੀਂ ਇਹ ਹੋਇਆ ਕਿ ਘਰੋਂ ਮਿਹਨਤ ਕਰਕੇ ਗਰਾਊਂਡ 'ਚੋਂ ਆਏ ਹਾਂ ਅਤੇ ਆ ਕੇ ਰੋਟੀ ਮੰਗੀ ਆ ਕਿ ਰੋਟੀ ਆਉਣ ਤੱਕ ਵੀ ਜਾਗਣ ਨੇ ਉਹਨਾਂ ਤੱਕ ਸੌਂ ਜੀਦਾ ਸੀ। ਇਹਦੇ ਵਾਸਤੇ ਮਿਹਨਤ ਜਿੰਨੀ ਹੋ ਜਾਵੇ ਉੰਨੀ ਥੋੜ੍ਹੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਭਾਅ ਜੀ।